ਭਾਈ ਜੱਗੀ ਕੁੱਸੇ ਦੀ ਕਹਾਣੀ, ਉਹਨਾਂ ਦਾ ਨਾਵਲ ਕੋਈ ਲੱਭੋ ਸੰਤ ਸਿਪਾਹੀ ਦੇ ਵਿੱਚੋਂ। ਮਨ ਹੌਲਾ, ਆਥਣੇ 4 ਵਜੇ ਲਾਸ਼ਾਂ ਵਾਲੀਆਂ ਟਰਾਲੀਆਂ ਥਾਣੇ ਅੰਦਰ ਦਾਖਲ ਹੋ ਗਈਆਂ। ਥਾਣਾ ਖੁੱਲਾ, ਟਰਾਲੀਆਂ ਨੂੰ ਸਿਪਾਹੀਆਂ ਨੇ ਖੂੰਜੇ ਖੜੀਆਂ ਕਰਦਿਆਂ, ਦੋਨੋਂ ਟਰਾਲੀਆਂ ਥਾਣੇ ਦੇ ਖੂੰਜੇ ਖੜਾਤੀਆਂ। ਪੁਲਿਸ ਸਾਹਮਣੇ ਬੋਲਣ ਦੀ ਕਿਹੜੀ ਗੱਲ, ਥਾਣੇਦਾਰ ਥਾਣੇ ਚ ਨੀ, ਸ਼ਾਇਦ ਘਰੇ ਦੁਪਹਿਰ ਦੀ ਰੋਟੀ ਖਾਣ ਗਿਆ। ਆ ਸੂਸਕ ਇੱਥੇ ਲਿਆ ਕੇ ਖੜਾ ਕਰਤਾ, ਮੁੜਸੀ ਨੇ ਲਾਸ਼ਾਂ ਵਾਲ ਉਂਗਲ ਕੀਤੀ। ਸਦਫ਼ਤਰ ਦੇ ਵਿੱਚ ਪੱਖੇ ਥੱਲੇ ਉਂਗਦਾ ਸੀ। ਪੋਸਟਮਾਰਟਮ ਲਈ ਭੇਜਣੀ ਹੈ, ਹੌਲਦਾਰ ਨੇ ਕਿਹਾ। ਹੌਲਦਾਰ ਮੂਹਰੇ ਖੜਾ ਸੀ। ਤੇ ਫਿਰ ਇੱਥੇ ਸਲਾਮੀ ਪਾਉਣੀ ਹੈ, ਹਸਪਤਾਲ ਨੂੰ ਭੇਜੋ, ਉਹਦੀਆਂ ਇਹੀ ਜਾਣੇ। ਹੌਲਦਾਰ ਨੇ ਤੋੜਾ ਥਾਣੇਦਾਰ ਤੇ ਝਾੜਿਆ। ਮੁਨਸ਼ੀ ਤੇ ਹੌਲਦਾਰ ਦਫ਼ਤਰ ਨੂੰ ਚਲੇ ਗਏ। ਟਰਾਲੀ ਵਾਲੇ ਮੁੰਡੇ ਇੰਦਰ ਦੇਵ ਬਰਾਂਡੇ ਥੱਲੇ ਸ਼ਾਮ ਆ ਗਏ। ਢੱਕੀਆਂ ਲਾਸ਼ਾਂ ਤੇ ਸੂਰਜ ਲਾਟਾਂ ਸਿੱਟ ਰਹੇ। ਦਿਖਾਈ ਹੋਰ ਬਸ, ਚਾਰ ਚਾਰ ਕਤਲ ਹੋ ਜਾਣ, ਕੁੱਟ ਪੀਣ ਨੂੰ ਵੀ ਨਾ ਮਿਲੇ। ਹੌਲਦਾਰ ਨੇ ਨਾ ਮਿਲਣ ਤੇ ਹੌਲ ਪਈ। ਇਹਨੇ ਕੁੱਝ ਕਰਨ ਕਰਾਉਣ ਦੇਣਾ, ਬੱਲੀ ਬੂਥੇ ਵਾਲੇ ਨੇ। ਮੁਨਸ਼ੀ ਥਾਣੇਦਾਰ ਤੋਂ ਢਿੱਡੋ ਔਖਾ ਸੀ, ਕਿਉਂਕਿ ਥਾਣੇਦਾਰ ਪੈਸੇ ਨਹੀਂ ਸੀ ਦਿੰਦਾ। ਹੁਣ ਗਿਆ ਕਿੱਥੇ ਹੈ, ਲੰਗਰ ਝੋਸਣ ਗਿਆ ਹੋਊ, ਹੋਰ ਕੀ ਹੈ। ਤੇ ਫੇਰ ਚੁੱਪ ਹੋ ਗਏ। ਜਾਂਦਾ ਹੋਇਆ ਹੁਕਮ ਦੇ ਗਿਆ ਵੀ ਜਦੋਂ ਪਹੁੰਚ ਗਿਆ ਮੈਨੂੰ ਖਸਮ ਕਰੋ, ਜਾ ਭੇਜ ਸਿਪਾਹੀ ਨੂੰ। ਕਾਕਾ ਓਏ ਓ ਇੱਧਰ ਆ। ਜੀ ਜਨਾਬ, ਜਾ ਜੇ ਕਿਹਾ ਸਰਦਾਰ ਨੂੰ, ਕਹਿ ਲਾਸ਼ਾਂ ਆ ਗਈਆਂ। ਇਹੋ ਜਿਹੀ ਕਤੀਰ ਨੂੰ ਅੱਤਵਾਦੀ ਵੀ ਨੀ ਗੋਲੀ ਮਾਰਦੇ, ਇਹੋ ਜਿਹਿਆਂ ਨੂੰ ਤਾਂ ਥਾਪੀ ਦਿੰਦੇ ਆ, ਜਿਹੜੇ ਰਿਸ਼ਵਤ ਨੀ ਲੈਂਦੇ, ਮਾਰਦੇ ਤਗੜੇ ਤੈਨੂੰ ਤੇ ਮੈਨੂੰ ਹੈ, ਜਿਹੜੇ ਸਿੱਧੀ ਬਿੱਕ ਲਾਉਂਦੇ ਆ ਬੰਦੇ ਦੀ। ਹੌਲਦਾਰ ਦੇ ਸੱਚੀ ਗੱਲ ਆ ਕੇ ਆਪੇ ਹੱਸਿਆ। 5ਵੇਂ ਪਿੰਡ ਗਿਆ, ਮੁਨਸ਼ੀ ਨੇ ਗੱਲ ਸ਼ੁਰੂ ਕੀਤੀ। ਅੱਛਾ, ਉੱਥੇ ਸਾਡੇ ਪਿੰਡ ਇੱਕ ਜਨ ਆਈ ਵੀ ਸੀ, ਜਾਂਦੇ 35 ਬੰਦੇ ਉੱਥੇ ਆ ਗਏ, ਪਤੰਦਰ ਭੂਤ। ਅਖੇ ਜਨ 11 ਬੰਦਿਆਂ ਤੋਂ ਵੱਧ ਕਿਵੇਂ ਆ, ਹਮਾਰਾ ਹੁਕਮ 11 ਬੰਦੇ ਲਿਆਣੇ ਥੇ, ਤੁਮਨੇ ਹਮਾਰਾ ਹੁਕਮ ਦੂਰ ਕੀਆ। ਮੁਨਸ਼ੀ ਹਿੰਦੀ ਬੋਲਣ ਲੱਗਿਆ। ਤੇ ਫੇਰ ਕੀ, ਵਿਆਹ ਵਾਲਾ ਮੁੰਡਾ ਢਾ ਲਿਆ, ਮੁੰਡੇ ਦੇ ਪਿਓ ਨੂੰ ਬਣਾ ਲਿਆ ਬੋਕ, ਵਿਚੋਲੇ ਦੇ ਥੱਪੜ। ਆਖੇ ਤੇਰਾ ਕੰਮ ਤੇ ਜਾਨੀਆਂ ਤੋਂ ਭਾਈ ਪਾਥੀਆਂ ਪਥਾ ਛੱਪੜ ਜਬਾੜ, ਕੁੜੀ ਤੇ ਵਿਚੋਲੇ ਤੋਂ ਭਾਈ ਲੱਫੜ ਮਰਾਏ ਘਰਦਿਆਂ ਨੂੰ ਤਾੜ, ਤੇ ਨਾਲ ਜਾਨਣੀਆਂ ਵੀ ਆਈਆਂ ਹੋਈਆਂ। ਜਾਨਣੀਆਂ ਕਿਹੜੀਆਂ, ਹੁਣ ਬੁੜੀਆਂ ਬਹੁਤ ਜਾਂਦੀਆਂ, ਬੁੜੀਆਂ ਸਣੇ ਫੁਲਕਾਰੀ ਸਿੱਧੀਆਂ ਟੋਭੇ ਚ। ਉਹਨਾਂ ਨੂੰ ਫਿਰ ਜਦ ਬਾਹਰ ਨਿਕਲੋ, ਕਹਿੰਦੇ ਇੱਕ ਦੂਜੇ ਨੇ ਫੇਰ ਛੱਡੋ। ਹਲੇ ਤਾਂ ਕਹਿਣ ਲੱਗੇ ਸੀ ਵੀ ਅੰਦਰੋਂ ਚੈੱਕ ਵੀ ਕੱਢ ਕੇ ਲਿਆਓ, ਟੋਭੇ ਚੋਂ ਇੱਕ ਦੂਜੇ ਸਿਰ ਤੇ ਮਲੋ। ਫੇਰ ਦੁਬਾਰਾ ਫੇਰ ਢਾ ਲਿਆ, ਕੌਣ ਵਿਚੋਲਾ, ਕਹਿੰਦਾ ਲਿਆਓ ਸਕੂਟਰ ਜਿਹੜਾ ਦੇਣਾ ਕੀਤਾ ਸੀ, ਦਾਜ ਦਵਾਉਣਾ, ਮੀਟ ਵਾਲੇ ਪਤੀਲੇ ਡੋਲ, ਬੁਰਾ ਹਾਲ ਹੱਥ ਤੇਰੇ ਬੇੜੀ ਬਹਿ ਜੇ। ਮੀਟ ਵਾਲੇ ਪਤੀਲੇ ਵੀ ਡੋਲਤੇ, ਹੋਰ ਮੀਟ ਵਾਲੇ ਪਤੀਲੇ ਵੀ ਡੋਲਤੇ, ਸਾਡੇ ਗਰੀਬਾਂ ਨੂੰ ਛਕਾ ਦਿੰਦੇ, ਤੈਨੂੰ ਭੇਜ ਦੂੰ ਬਾਹਾਂ, ਤੂੰ ਜਾਇਆ ਹੀ, ਜਾਂ ਬੱਖਲ 'ਚ ਲੱਗੀ ਗੋਲੀ ਫੇਰ ਪਤਾ ਲੱਗੂ, ਐਂ ਮੈਂ ਤਾਂ ਫਿਰ ਸਿਵਲ ਵਰਦੀ 'ਚ ਹੂੰ, ਮੇਰਾ ਕਿਵੇਂ ਪਤਾ ਲੱਗ ਜਾਊ। ਪੁਲਸੀਆ, ਪੁਲਸੀਏ ਦਾ ਤਾਂ ਉਹਨੂੰ ਮੁਸ਼ਕ ਆਉਣਾ, ਮੁਸ਼ਕ ਗੋਲਦੀ ਲੰਘਿਆ ਨੂੰ, ਤੂੰ ਕਹਿੰਦਾ ਵਰਦੀ ਐਂ ਕਿਵੇਂ ਆ ਜਾਂਦਾ, ਤੋਰੇ ਤੋਂ ਦੇਖ ਲੈਂਦੇ ਨੇ, ਜਿਹੜਾ ਢਿੱਡ ਵਧਿਆ ਹੋਵੇ ਪਿੱਛੋਂ ਬਾਤਰਾ ਜਾਂ ਪਿੱਛੇ ਨੂੰ ਹੋਵੇ ਪਤਾ ਹੀ ਨੀ ਲੱਗਦਾ ਉਹਨਾਂ ਦਾ। ਤੇ ਫਿਰ ਹੋਰ ਬਾਕੀ ਨੱਕ ਦੇ ਵਾਲਾਂ ਤੋਂ ਪਤਾ ਲੱਗ ਜਾਂਦਾ, ਉਹ ਕਿਵੇਂ ਆਪਣਾ ਸਾਹ ਰੋਕ ਰੋਕ ਕੇ ਆਉਂਦਾ ਨਾ ਬਹੁਤ। ਅੱਛਾ, ਸਾਹ ਕਿਉਂ ਰੋਕ ਕੇ ਆਉਂਦਾ, ਰਿਸ਼ਵਤ ਲੈਂਦੇ ਆ, ਰੱਬ ਦੇ ਸ਼ਰੀਕ ਆ ਤਾਂ। ਦੋਨੇ ਖੀ ਖੀ ਕਰਕੇ ਉੱਚੀ ਉੱਚੀ ਹੱਸੇ। ਪਰ ਯਾਰ ਗੱਲ ਤਾਂ ਉਹ ਠੀਕ ਕਰਦੇ ਆ, ਪਰ ਜਿੱਦਣ ਸਾਡੀ ਜਿਪਸੀ ਨੂੰ ਪੈਂਦੇ ਆ ਲਲਕੜਾ ਮਾਰ ਕੇ, ਉਦਣ ਔਖਾ ਹੈ। ਜਿਹੜੀ ਦੁਰਬੜੀ ਲਾਉਂਦੇ ਆ ਬਾਅਦ ਦੀ ਗੱਲ, ਪਿੱਛੇ ਜੇ ਪਤਾ ਲੱਗਿਆ ਕਈ ਜਗ੍ਹਾ ਕੁੱਟੇ ਵੀ ਆ ਆਪਣੇ ਅਰਗੇ, ਤਾਂ ਹੀ ਤਾਂ ਮੈਂ ਰਾਤ ਨੂੰ ਜਾਂਦਾ ਨੀ, ਇੱਥੇ ਹੀ ਸੌਂ ਜਾਂਦਾ। ਆਹੋ ਤੇਰੀ ਸੰਦੂਕੜੀ ਜੀ ਹੈਗੀ, ਇਹਨੂੰ ਹੌਲੀ ਦੇ ਕੇ ਕੱਢ ਕੇ ਦਰਾਜ ਚੀਕੂ ਚੀਕੂ ਕਰਦਾ, ਇਹਦੇ ਚੋਂ ਫੜ ਕੇ ਜੱਟ ਮੰਨ ਲੈਂਦਾ, ਤੂੰ ਕਾਹਨੂੰ ਜਾਣਾ। ਸਾਂਝੀ ਹੋਈ ਆ ਤੇਰੇ ਨਾਲ ਗੱਲ, ਮੈਂ ਤਾਂ ਡਰਦਾ ਵਿਆਹ ਵੀ ਨੀ ਜਾਂਦਾ, ਤੂੰ ਵਿਆਹ ਵਾਲੀ ਗੱਲ ਕਰਦਾ। ਮੈਂ ਪਿੰਡ ਨੀ ਜਾਂਦਾ ਉਦੋਂ ਦਾ, ਜਿਹੜੇ ਪਿੰਡ ਨੂੰ ਇੱਕ ਵਾਰ ਪੈਣ ਲੱਗ ਜਾਣ ਗੇੜੇ ਨਾਲ ਆਉਂਦੇ ਆ। ਮੁਨਸ਼ੀ ਜੀ, ਸਰਦਾਰ ਸਾਹਿਬ ਨੂੰ ਤਾਂ ਬੁਲਾਓ। ਅੰਦਰ ਆ ਕੇ ਇੰਦਰ ਦੇਵ ਨੇ ਗੱਲ ਤੋੜੀ। ਮੁਨਸ਼ੀ ਨੇ ਚੁਸਤ ਨਜ਼ਰਾਂ ਨੇ ਇੰਦਰ ਨੂੰ ਤਾੜਿਆ, ਕਹਿਣ ਨੂੰ ਵੀ ਤੂੰ ਕੌਣ ਹੈ, ਆਉਂਦਾ ਬਾਹਰ ਬੈਠ। ਗੱਲ ਕਰਦੇ ਕਰਦੇ ਪਹਿਲਾਂ ਤੋੜ ਰਿਹਾ ਸੀ, ਜਦ ਗੱਲ ਤੋੜ ਗਈ ਹਲੇ ਬਥੇਰੇ ਕਿਹਾ ਸੀ, ਬਥੇਰੇ ਮਾਰੀ ਦੇ ਆ, ਫਿਰ ਪਤਾ ਨੀ ਕਿੱਥੋਂ ਅੱਗੋਂ ਪੈਂਦੇ ਆ। ਮੁਨਸ਼ੀ ਨੇ ਪਿਛਲੀ ਗਰਮ ਖਤਮ ਕਰ ਦਿੱਤੀ। ਭੇਜ ਯਾਰ ਕਿਸੇ ਮੁੰਡੇ ਨੂੰ, ਗਾਹਾਂ ਡਾਕਟਰ ਦਾ ਪਤਾ ਨੀ ਕੀ ਨੁਗਲ ਹੋ। ਗੁਰਪ੍ਰੀਤ, ਹਾਂਜੀ, ਜਾਂ ਸਰਦਾਰ ਨੂੰ ਲਿਆ ਬੁਲਾ ਕੇ। ਅੱਛਾ ਜੀ, ਜਾਂ ਬੁਲਾ ਕੇ ਲਿਆ ਬਰੀ ਦੇ ਪਿਓਰ ਨੂੰ, ਕਹਿੰਦਾ ਨਿਰਨਿਓ ਦਾ ਉਡੀਕਦਾ। ਸੰਖੇਪ ਗੱਲਾਂ ਕਰਦੇ ਜਿਵੇਂ ਕੋਈ ਵਾਪਰੇ ਨਾ ਹੋਵੇ। ਲਾਸ਼ਾਂ 4 ਪਈਆਂ, ਕੋਈ ਮਤਲਬ, ਇੰਦਰ ਥਾਣੇ ਦੇ ਬਰਾਂਡੇ ਚ ਭਰਿਆ ਪੀਤਾ ਫਿਰਦਾ ਸੀ ਇੰਦਰ, ਕਰੜਾ ਕਾਮਰੇਡ ਸੀ। ਖਰਚਾ ਨੀ ਅਜੇ ਬਣਿਆ, ਨਾ ਹੀ ਪਰਚਾ ਕੱਟਿਆ, ਸਿਰਫ ਰੋਜ਼ ਨਾਮ ਚ ਕੱਚੀ ਜੀ ਸਲਾਹ ਦਰਜ ਕੀਤੀ ਹੈ।
ਪੈਨਸ਼ਨ ਨਾਲ ਕੋਈ ਟਾਈਮ ਆਉਣ ਤੇ ਅਦਲਾ ਬਦਲੀ ਕੀਤੀ ਜਾਵੇ। ਮੁਨਸ਼ੀ ਨੇ ਗੱਲ ਹੌਲੀ ਦੇ ਕੇ ਹੌਲਦਾਰ ਨੂੰ ਕਹੀ, ਦੋਨਾਂ ਦੀ ਬਣ ਲਈ। ਥਾਣੇਦਾਰ ਪਹੁੰਚ ਗਿਆ, ਥਾਣੇਦਾਰ ਸਾਹਿਬ ਲਾਸ਼ਾਂ ਧੁੱਪੇ ਹੀ ਇੰਦਰਦੇਵ ਭੱਜ ਕੇ ਥਾਣੇਦਾਰ ਕੋਲ, ਇਹਨਾਂ ਨੂੰ ਹਸਪਤਾਲ ਲੈ ਕੇ ਜਾਓ। ਥਾਣੇਦਾਰ ਨੇ ਵੱਡਾ ਸਾਰਾ ਡਕਾਰ ਮਾਰਿਆ, ਤਾਜ਼ੀ ਖਾਧੀ ਰੋਟੀ ਦਾ ਤਹਿਤ ਸੀ। ਹੌਲਦਾਰ ਨੇ ਸਿਪਾਹੀ ਨੂੰ ਰੋਕਾ ਦੇ ਕੇ ਥਾਣੇਦਾਰ ਨੇ ਇੰਦਰ ਹੋਰਾਂ ਨਾਲ ਤੋੜਤਾ, ਇੰਦਰ ਬਲਿਆ ਪਿਆ ਸੀ। ਇਹ ਲਾਸ਼ਾਂ ਦਾ ਆਖਰ ਥਾਣੇ ਚ ਕੀ ਕੰਮ, ਧੁੱਪ ਨਾਲ ਲਾਸ਼ਾਂ ਮੁਸ਼ ਗਈਆਂ, ਹਸਪਤਾਲ ਥਾਣੇ ਤੋਂ ਬਹੁਤ ਹੀ ਦੂਰ ਨੀ, ਜਿਹਦੇ ਕਰਕੇ ਇੰਦਰ ਸਮੇਤ ਹੌਲਦਾਰ ਉੱਥੋਂ ਤੁਰੇ ਪਏ। ਤੁਰਿਆ ਜਾਂਦਾ ਇੰਦਰ ਨੂੰ, ਹੌਲਦਾਰ ਨੇ ਪਹਿਲਾਂ ਪੈਰੋਂ ਕੱਢਿਆ, ਜਾੜਾ ਜਿਹਾ ਕੱਢਦਾ, ਨਾਲ ਰੇਵੀਏ ਪਿਆ ਫਿਰਦਾ ਹੈ, ਕਈ ਕੋਈ ਮਾੜੀ ਮੋਟੀ ਜੇਬ ਵੀ ਢਿੱਲੀ ਕਰੋ। ਇੰਨੀ ਕਹਿ ਕੇ ਦੋਨੇ ਪਾਸੋਂ ਖਿੱਚ ਕੇ ਹੌਲਦਾਰ ਨੇ ਪਿੱਛੋਂ ਪੈਂਟ ਉੱਚੀ ਕੀਤੀ, ਪੈਂਟ ਉੱਚੀ ਕੀਤੀ, ਗਿੱਟੇ ਨੰਗੇ ਹੋ ਗਏ, ਖਾਕੀ ਬੂਟ ਵੀ ਦਿਖਣ ਲੱਗ ਗਏ ਤੇ ਜਰਾਬਾਂ ਵਿੱਚੋਂ ਘੱਸੀਆਂ ਦਿਖਦੀਆਂ ਸੀ। ਮੂਹਰਿਓ ਨੀਵੀਂ ਪੈਂਟ ਹੋ ਗਈ, ਪਿੱਛੋਂ ਉੱਚੀ ਹੋ ਗਈ, ਫਿਰ ਮੂਹਰਿਓ ਖਿੱਚ ਕੇ ਧੁੰਨ ਤੇ ਚਾਲ ਲਈ। ਉਹਦੇ ਬਾਅਦ ਨੱਕ ਚੁੰਗਲ ਫੇਰੀ, ਨੱਕ ਚੁੰਗਲ ਫੇਰ ਕੇ ਮੁੜ ਕੇ ਜਿਹੜੀ ਸਿਰ ਤੇ ਟੋਪੀ ਜੀ ਹੁੰਦੀ ਆ ਸੜੀ ਜੀ ਝਾਲਰ, ਉਹਦੇ ਨਾਲ ਬਾਲ ਜੇ ਵਿੱਚ ਨੂੰ ਇਕੱਠੇ ਕੀਤੇ। ਤੇ ਹਾਲ ਹੈ ਕੋਈ, ਤੂੰ ਫੇਰ ਵੀ ਹੌਲਦਾਰ ਹੈ, ਆ ਕੱਪੜੇ ਕੁੱਪੜੇ ਲਿੱਤੇ ਤਾਂ ਦੇਖ, ਤੇਰਾ ਢੰਗ ਢੰਗ ਤਾਂ ਦੇਖ, ਹਾਲੇ ਹੋਰ ਪੈਸੇ ਮੰਗਦਾ ਦਾਰੂ ਪੀਣ ਲਈ, ਹੈ ਬਈ ਅਸੀਂ ਕਾਮਰੇਡ ਹੁੰਦੇ ਹਾਂ। ਹੌਲਦਾਰ ਨੂੰ ਇੰਦਰਦੇਵ ਨੇ ਪੁਜੀਸ਼ਨ ਦੱਸੀ, ਕਾਮਰੇਡਾਂ ਦੇ ਪੈਸੇ ਵੱਧਦੇ ਆ, ਪੈਸਾ ਤਾਂ ਪੈਸਾ ਹੀ ਹੁੰਦਾ। ਹੌਲਦਾਰ ਮਸ਼ੀਨ ਵਾਂਗੂ ਬੋਲਿਆ, ਹੈ ਬਈ ਅਸੀਂ ਲੈਣ ਦੇਣ ਦੇ ਚੱਕਰ ਚ ਨਹੀਂ, ਅਸੀਂ ਫੇਰ ਵੀ ਕਾਮਰੇਡ ਹੁੰਦੇ ਆ, ਤਾਂ ਹੀ ਤਾਂ ਵਿਹੜੀਆਂ ਚ ਵੱਟੇ ਪਾਉਂਦੇ ਹੋ। ਹੌਲਦਾਰ ਦੀ ਇਹ ਤਾਂ ਆਖਰ ਨੂੰ ਪੈਣੇ ਆ, ਦਿਸੀ ਜਾਂਦੇ ਆ, ਆਹੀ ਗੱਲ ਤਾਂ ਤੁਹਾਨੂੰ ਲੈ ਬੈਠੀ, ਨਹੀਂ ਹੁਣ ਨੂੰ ਕੋਈ ਇਲਾਕਾ ਨਾ ਦੱਬੀ ਬੈਠੇ ਹੁੰਦੇ, ਉਈਓ ਝੰਡਾ ਚੱਕੀ ਫਿਰਦੇ ਹੋ, ਹੋਰ ਨਾ ਕੁਛ, ਜਾ ਕੇ ਰੂਸ ਚੋਂ 500-700 ਜਨਾਨੀਆਂ ਹੀ ਲਾਇਓ ਇੱਥੇ, ਗਰੀਬਾਂ ਨੂੰ ਵਿਆਹ ਦਿਓ ਕਿਸੇ ਨੂੰ, ਹੋਰ ਤਾਂ ਤੁਹਾਡੇ ਕੋਲ ਪੱਖ ਕੱਖ ਹੈ ਇਹਦੀ। ਮਨੁੱਖਤਾ ਦਾ ਕੰਮ ਇਹ ਨਹੀਂ ਹੈ ਸਾਥੀ, ਨਾ ਰਿਸ਼ਵਤ ਲੈਣੀ ਨਾ ਰਿਸ਼ਵਤ ਦੇਣੀ। ਤੁਹਾਨੂੰ ਸਰਕਾਰ ਕਿੰਨੀ ਤਨਖਾਹ ਦਿੰਦੀ ਹੈ? ਦਿੰਦੀ ਹੈ ਸਵਾ ਸਰਕਾਰ ਤਨਖਾਹ, 40,000 ਨਾਲ ਬਣਦਾ ਕੁਛ, 40 ਥੋੜਾ, ਥੋੜਾ 40,000 ਰੁਪਈਆ, 1200 ਰੁਪਈਆ ਦਿਹਾੜੀ ਦਾ। ਇਉਂ ਨੀ ਅਸੀਂ ਕਰਦੇ ਹੱਕਰ ਜਾਣੇ, ਤੁਸੀਂ ਤਾਂ ਮਾਨ ਸ਼ਖਸੀਅਤ, ਤਾਂ ਹੀ ਸਾਨੂੰ ਕਹਿੰਦੇ ਆ ਕਿ ਹੱਕ ਤਾਂ ਲੜਕੇ ਲੈ ਜਾਂਦੇ ਨੇ। ਤੇ ਨੁੰਗਲ ਵਾਲਾ ਹੱਥ ਸੀ ਇੰਦਰਦੇਵ ਦਾ, ਉਹਨੇ ਤੱਪ ਤੱਪ ਮਾਰਿਆ, ਅੱਛਾ ਤੁਹਾਨੂੰ ਮਹਾਨ ਸ਼ਖਸੀਅਤਾਂ ਕਹਿੰਦੇ ਆ, ਹੈ ਬਈ ਮੈਨੂੰ ਇਹ ਚੀਜ਼ ਨੀ ਸਮਝ ਆਉਂਦੀ ਵੀ ਗੌਰਮੈਂਟ ਤੁਹਾਨੂੰ ਤਨਖਾਹ ਦਿੰਦੀ ਆ, ਤੁਸੀਂ ਲੋਕਾਂ ਦੀਆਂ ਜੇਬਾਂ ਕਿਉਂ ਪਾੜਦੇ ਹੋ? ਸਾਡੇ ਤੋਂ ਜਿਹੜੇ ਬਦਖੋਈ ਕਰਦੇ ਨੇ, ਦਿੱਲੀ ਵਾਲਿਆਂ ਦੀ ਗੱਲਬਾਲੀ ਕਰਦੇ ਨੇ, ਉਹਨਾਂ ਦੇ ਪੱਖ ਚ ਠੋਕਦੇ ਆ। ਆ ਜਿਹੜੇ ਡਾਂਗ ਸ਼ਾਂਗ ਜੇ ਸੀ ਸਾਡੇ, ਉਹ ਠੋਕੇ ਉਹਨਾਂ ਨੇ, ਨਵਾਂ ਭਰਤੀ ਸਿਪਾਹੀ ਚੁੱਪ ਸੀ ਵੀ ਇਹ ਗੱਲਾਂ ਕੀ ਕਰਦੇ ਨੇ। ਅੱਛਾ ਫਿਰ ਮੇਰੇ ਸਵਾਲ ਦਾ ਕੋਈ ਮੁੱਲ ਪਊ ਕਿ ਨਹੀਂ? ਮੈਂ ਕਿਹਾ ਜਮਾ ਮਗਾਇਆ ਹੀ ਨੀ ਬਈ, ਗੱਲ ਨਿਬੜ ਗਈ, ਫਿਰ ਠੀਕ ਹੈ। ਹੌਲਦਾਰ ਨੇ ਸਮਝੌਤਾ ਕਰ ਲਿਆ, ਜਾਬਾ ਦਾ ਭੇੜ ਕਰਦੇ ਹਸਪਤਾਲ ਪਹੁੰਚ ਕੇ, ਗਿੱਲ ਬਰਾੜ ਤੇ ਛਿੰਡਾ ਪਹਿਲਾਂ ਹੀ ਜੀਪ ਚ ਉਡੀਕ ਕਰਦੇ ਸੀ, ਇੰਦਰਦੇਵ ਤੁਰਿਆ ਹੁੰਦਾ ਸੀ, ਲਾਸ਼ਾਂ ਥੱਲੇ ਲਾ ਲਈ, ਅੰਦਰ ਲੈ ਚੱਲੋ। ਹੌਲਦਾਰ ਦਾ ਬੋਲ ਮੁੰਡਿਆਂ ਨੂੰ ਖੁੱਸਿਆ ਖੁੱਸਿਆ ਲੱਗਿਆ, ਇਹ ਕੀ ਹੋ ਰਿਹਾ? ਲਾਸ਼ਾਂ ਅੰਦਰ ਆਉਂਦੇ ਦੇਖ ਕੇ ਇੱਕ ਨਿੱਕਾ ਜਿਹਾ ਕੰਪਾਊਂਡਰ ਭੱਜਿਆ ਆਇਆ ਬਾਹਰ, ਉਹਨੇ ਚਿੱਟਾ ਉੱਪਰ ਦੀ ਕੋਟ ਪਾਇਆ ਸੀ, ਕੋਟ ਲੰਮਾ ਸੀ, ਲੱਤਾਂ ਛੋਟੀਆਂ ਸੀ, ਧਾਰ ਉਦੋਂ ਛੋਟਾ ਸੀ, ਲੱਕ ਤੋਂ ਥੱਲੇ ਤੱਕ ਕੋਟ ਸੀ, ਦੋਨੇ ਕੋਟ ਦੀਆਂ ਜੇਬਾਂ 'ਚ ਹੱਥ ਪਾਇਆ ਹੋਇਆ, ਗੱਲ 'ਚ ਸਟੈਥੋਸਕੋਪ ਜਾ ਵੀ ਇੱਕ ਲਮਕਾਇਆ ਹੋਇਆ, ਤੂੰ ਕੌਣ ਹੈ? ਮੈਂ ਇੱਥੇ ਦਾ ਕੰਪਾਊਂਡਰ ਹੈ, ਹੌਲਦਾਰ ਨੇ ਕਿਹਾ, ਇਹਨੂੰ ਬਣਾ ਲਾ ਮੈਂ ਸਾਲਾ, ਹੁਣ ਇਹਨੇ ਲੋਟ ਨਹੀਂ ਆਉਣਾ। ਅੱਕਿਆ ਹੌਲਦਾਰ ਅੰਦਰ ਚਲੇ ਗਿਆ, ਲਾਸ਼ ਹੈ, ਪੋਸਟਮਾਰਟਮ ਲਿਆਂਦੀ ਹੈ, ਸਰਦਾਰ ਦਾ ਹੁਕਮ ਹੈ। ਹੌਲਦਾਰ ਨੇ ਸਰਦਾਰ ਦਾ ਰੋਕਾ ਦਿੱਤਾ, ਪਰ ਡਾਕਟਰ ਸਾਹਿਬ ਤਾਂ ਹੈ ਨੀ ਇੱਥੇ, ਡਾਕਟਰ ਸਾਹਿਬ ਤਾਂ ਆਏ ਨੀ ਅੱਜ, ਡਾਕਟਰ ਆਵੇ ਨਾ ਆਵੇ ਤੂੰ ਲਾਸ਼ਾਂ ਘਰ ਯਾਰ ਅੰਦਰ। ਹੌਲਦਾਰ ਨੇ ਚੂੜੀਆਂ ਨੇ ਬਲ ਹੋਰ ਕੱਸ ਲਏ, ਉਹਨੇ ਮੁੱਛੂ ਵਟਾ ਚਾੜਿਆ MiG-21 ਦੀ ਤੂਈ ਵਾਂਗੂ ਤਿੱਖਾ ਕਰ, ਕੰਪਿਊਟਰ ਕੰਪਾਊਂਡਰ ਨੇ ਥਾਣੇਦਾਰ ਰੋਕਾ ਸਟੈਥੋਸਕੋਪ ਥੱਲੇ ਰੱਖਤਾ, ਆਰਾਮ ਨਾਲ ਫੇਰ ਬਹਿ ਗਿਆ। ਉੱਪਰ ਪੱਖਾ ਚੱਲਿਆ, ਪੱਖੇ ਦੇ ਵਿੱਚ ਕੀਚ 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 ਵੀ ਆਇਆ, ਆਵਾਜ਼ ਆਉਂਦੀ ਸੀ। ਇੱਕ ਬੰਦੇ ਹੌਲਦਾਰ ਬਹਿ ਗਿਆ, ਇੱਕ ਦਿਨ ਸਿਪਾਹੀ ਬਹਿ ਗਿਆ। ਜਦੇ ਹੀ ਡਾਕਟਰ ਕਦ ਘਾਊ ਹੌਲਦਾਰ ਸੌਣ ਤੋਂ ਪਹਿਲਾਂ, ਪਤਾ ਨੀ, ਫੋਨ ਕਰਕੇ ਦੇਖ ਹਾਂ, ਡੈਡ ਪਿਆ। ਇੰਨੀ ਗੱਲ ਕਹਿ ਕੇ ਉਹ ਬਹਿ ਗਏ, ਤਿੰਨੇ ਹੀ ਸੌਂ ਗਏ। ਗਿੱਲੋ ਨੀ ਬਾਹਰ 2 ਘੰਟੇ ਬੀਤ ਗਏ, ਨਾ ਡਾਕਟਰ ਗਿੱਲ ਨੇ ਅੰਦਰ ਆ ਕੇ ਦੇਖਿਆ ਹੌਲਦਾਰ ਕੰਪਾਊਂਡਰ ਦੇ ਸਿਪਾਹੀ ਸੁੱਤ ਪਿਆ, ਆਇਆ ਨੀ ਡਾਕਟਰ ਹਲੇ, ਅੰਦਰੋਂ ਗੁੱਸੇ ਨਾਲ ਪੜੋਲਤ ਹਿੰਮਤਾ ਦੇ ਨਾਲ ਬੋਲਿਆ, ਹੈ ਕੀ ਟਾਈਮ ਹੋ ਗਿਆ? ਹੌਲਦਾਰ ਉੱਠਿਆ, ਹੈ ਕਿੰਨਾ ਕਿੰਨੇ ਬਚ ਗਏ? ਆਇਆ ਨੀ ਹਲੇ, ਨਹੀਂ
ਸਿਪਾਹੀ ਖੜਾ ਹੋ ਕੇ ਆਪਣੀ ਪੇਟੀ ਠੀਕ ਕਰਨ ਲੱਗਿਆ ਵੀ ਹੌਲਦਾਰ ਤੋਂ ਪਹਿਲਾਂ ਮੈਂ ਉੱਠਾ। ਪਏ ਹੋਏ ਦੀ ਹੌਲਦਾਰ ਨੇ ਜਦ ਕੰਧ ਨੂੰ ਢਾਸਣਾ ਜੀ ਲਾਈ, ਉਹਦੀ ਇੱਕ ਬੰਨਿਓ ਟੋਪੀ ਚੱਕੀ ਗਈ, ਝਾਲਰ ਕਾਲੀ ਹੋਰ ਕਾਲੀ ਹੋ, ਉਹਨੇ ਖਿੱਚ ਕੇ ਥੱਲੇ ਨੂੰ ਕੀਤੀ, ਥੱਲਿਓਂ ਜਿਹੜੀਆਂ ਜਟੂਰੀਆਂ ਨਿਕਲੀਆਂ ਇਕੱਠੀਆਂ ਕਰਕੇ ਫੇਰ ਉੱਪਰ ਨੂੰ ਕਰਤੀਆਂ। ਮੈਨੂੰ ਸਮਝ ਨੀ ਆਉਂਦੀ ਇੰਨੇ ਚਿਰ ਦਾ ਗਿਆ ਕਿੱਥੇ ਹੈ, ਗਿੱਲ ਨੇ ਕਿਹਾ। ਘਰੇ ਗਏ ਹੈ, ਬੀਬੀ ਠੀਕ ਨੀ, ਅੱਖਾਂ ਵਿੱਚ ਹੀ ਕੰਪਾਊਂਡਰ ਨੇ ਕਿਹਾ, ਕਬੂਤਰ ਵਾਂਗੂ ਉਹਨੇ ਖੰਭ ਜੇ ਘੁੱਟ ਲਏ। ਬੀਬੀ ਨੂੰ ਕੀ ਹੋਇਆ ਹੋਏ, ਸ਼ਾਇਦ ਮਲੇਰੀਏ ਦੀ ਸ਼ਿਕਾਇਤ ਆ, ਟੈਲੀਫੋਨ ਕਰਕੇ ਦੇਖ ਡੈਡ ਪਿਆ, ਇਹਨੂੰ ਪਣੋਈ, ਇਹਨੂੰ ਚੱਕ ਕੇ ਵੇਖ ਲਾ, ਨਹੀਂ ਭਗਾ ਕੇ ਕੰਧ ਨਾਲ ਮਾਰੂ, ਗਿੱਲ ਨੇ ਕਿਹਾ। ਕੰਪਾਊਂਡਰ ਨੇ ਕਬੂਤਰ ਵਾਂਗੂ ਅੱਖਾਂ ਖੁੱਲੀਆਂ, ਗਿੱਲ ਦੀਆਂ ਬਿੱਲੀ ਦੀਆਂ ਪੂੰਛ ਵਰਗੀਆਂ ਮੁੱਛਾਂ ਨੂੰ ਐਂ ਕਹਿੰਦੀਆਂ ਤੇ ਵੀ ਟਾਈਮ ਹੋ ਜਾ, ਪੈਰੋਂ ਚੱਕ ਲੂ। ਵੱਡੇ ਡਾਕਟਰੀ ਵਾਲੇ, ਚਾਰ ਲਾਸ਼ਾਂ ਪਈਆਂ ਸੜੀਆਂ, ਉਹ ਬੀਬੀ ਦੀ ਤੰਬੀ ਚ ਵੜਿਆ, ਕਰਫੋਨ ਉਹਨੂੰ। ਬਰਾੜ ਇੰਦਰ ਦੇਵ ਸ਼ਿੰਦਾਵਾ, ਹੈ ਬਈ ਕਾਹਨੂੰ ਐਵੇਂ ਬਈ, ਇੰਦਰ ਨੇ ਗਿੱਲ ਨੂੰ ਕਿਹਾ। ਗਿੱਲ ਥਿਰਿਆ ਤਾਂ ਕਾਮਰੇਡਾਂ ਨਾਲ ਫਿਰਦਾ ਸੀ, ਊਂ ਖਾੜਕੂ ਸੀ, ਪੈਂਦਾ ਟੁੱਟ ਕੇ ਸੀ, ਯਾਰੀ ਕਾਮਰੇਡਾਂ ਨਾਲ ਜ਼ਰੂਰ ਸੀ। ਇੰਦਰ ਨੂੰ ਪਤਾ ਵੀ ਸਿਆਪਾ ਪਾਊ, ਹੈ ਬਈ ਕਾਹਨੂੰ ਐਵੇਂ ਬਈ, ਇੰਦਰ ਨੇ ਗਿੱਲ ਨੂੰ ਪਰਜਿਆ। ਨਹੀਂ ਯਾਰ ਗੱਲ ਨੀ ਬਾਤ ਨੀ, ਆ ਡੇਢ ਪਾ ਦਾ ਕੰਪਾਊਂਡਰ ਰੱਬ ਬਣਿਆ ਸਾਡਾ ਵੱਡਾ ਸੀ ਐਮ, ਕਾਹਦਾ ਫੋਨ। ਜਦ ਇੰਨੀ ਗੱਲ ਕੀਤੀ, ਟੈਲੀਫੋਨ ਚੁੱਕ ਲਿਆ, ਚੱਲ ਰਿਹਾ ਸੀ, ਨੰਬਰ ਘੁਮਾਇਆ, ਰਸੀਵਰ ਨੂੰ ਘੁੱਟ ਕੇ ਫੜ ਲਿਆ, ਫੜਿਆ ਐ ਹੋਇਆ ਸੀ ਜਿਵੇਂ ਕਾਟੋ ਫੜੀ ਹੁੰਦੀ, ਜੇ ਛੱਡਤੀ ਤਾਂ ਸਿੱਧੀ ਤਾਲੀ ਤੇ ਚੜ੍ਹ ਜੂ। ਚੱਲ ਪਿਆ ਰਮਾਲ ਨਾਲ ਗਿੱਲੇ ਹੱਥ ਪੂੰਝਦਾ, ਅੰਦਰ ਫੇਰ ਆਇਆ ਗਿੱਲ। ਕੰਪਿਊਟਰ ਨੇ ਹਾਂ ਚ, ਚੱਲੂ ਇਹਦੇ ਗੋਲੀ ਵੱਜੀ ਸੀ। ਗਿੱਲ ਦਾ ਦਿਲ ਕਰਦਾ ਵੀ ਚਰਮ ਖਾ ਕੇ ਕੰਪਿਊਟਰ ਦੀ ਸੰਘੀ ਘੁੱਟ ਲੱਗ। ਖਮੋਸ਼ ਹੋਇਆ ਕੰਪਾਊਂਡਰ, ਟੈਲੀਫੋਨ ਦੀ ਟੂੰ ਟੂੰ ਤੇ ਗਿੱਲ ਦੇ ਸਲੋਕ ਸੁਣ ਰਿਹਾ ਸੀ, ਟੈਲੀਫੋਨ ਦੀ ਟੂੰ ਟੂੰ ਵੀ ਦਿਮਾਗ ਰੱਖੀ, ਕਿਸੇ ਟੈਲੀਫੋਨ ਚੱਕਿਆ ਕੰਪਾਊਂਡਰ ਨੇ, ਸ਼ੁਕਰ ਕੀਤਾ ਟੈਲੀਫੋਨ ਐਸਾ, ਹੁਣ ਕਿਵੇਂ ਮਿਲ ਗਿਆ ਤੇਰਾ, ਲੱਗਦਾ ਸਕੱਤ ਆਇਆ, ਜਿੰਨਾ ਚਿਰ ਨਾ ਤੁਹਾਡੀ ਗਰਦਨ ਨੂੰ ਫਟਣ ਨਾ ਦਓ, ਤੁਸੀਂ ਵੀ ਚੀਜ਼ਾਂ ਨੀ ਕਹਿੰਦੇ, ਸਾਲਾ ਚਿਰੜ ਘੁੱਗ ਜਿਹਾ। ਗਿੱਲ ਗਾਲਾਂ ਦੇ ਸੂਤ ਬੰਨੀ ਆਉਂਦਾ ਸੀ, ਨਿੱਕਾ ਜਿਹਾ ਕਿੱਕਰ ਦਾ ਡੱਕਾ, ਉਹ ਇਉਂ ਚਿਬਰ ਚੱਬ ਰਿਹਾ ਸੀ ਜਿਵੇਂ ਗੁਲਾੜੀ ਗੰਨੇ ਪੀੜਦੀ ਆ, ਕਦੇ ਖੱਬਿਓਂ ਪਾੜ ਕੇ, ਕਦੇ ਸੱਜਿਓਂ ਪਾੜ ਕੇ, ਮੂੰਹ ਦੇ ਵਿੱਚ ਡੱਕਾ ਘੁੰਮਦਾ ਜਿਵੇਂ ਕੋੜ ਕਿਰਲਾ ਭੱਜਿਆ ਫਿਰਦਾ ਹੁੰਦਾ। ਕਾਹਨੂੰ ਐਵੇਂ ਬਈ, ਕਾਹਨੂੰ ਐ, ਇੰਦਰ ਗਿੱਲ ਨੂੰ ਤੱਕ ਕੇ ਬਾਹਰ ਲਿਆ। ਗਿੱਲ ਸਾਹ ਨੂੰ ਭੂਸ ਲਿਆ, ਔਖੇ ਸਾਹ ਲੈਂਦਾ ਸੀ, ਅੱਖਾਂ ਪੁੱਖਿਆ, ਪੈਰਾਂ ਢੋ ਮਿੱਟੀ ਕਰ, ਜਿਵੇਂ ਸਾਹ ਨੇ ਟੱਕਰ ਮਾਰਨੀ ਹੁੰਦੀ। ਐਵੇਂ ਕਾਹਨੂੰ ਯਾਰ ਲੋਟ ਆਉਂਦੇ ਆ, ਰਸਗੁੱਲਾ ਸਮਝਿਆ ਹੋਇਆ, ਜਿਹੜਾ ਮਰਜ਼ੀ ਮੂੰਹ ਚ ਆਉਂਦਾ। ਚਾਰ ਲਾਸ਼ਾਂ ਪਈਆਂ, ਸਰਕਾਰੀ ਹਸਪਤਾਲ ਆ, ਆ ਹੌਲਦਾਰ ਇੱਕ ਲੰਡੂ ਰਾਜ ਵਿੱਚੋਂ ਪੈਸੇ ਮੰਗੀ ਜਾਂਦਾ, ਆ ਚਰਮ ਖਜਾ ਕੰਪਾਊਂਡਰ ਸੁਣਦਾ ਨੀ, ਡਾਕਟਰ ਆਉਂਦਾ ਨੀ। ਅੱਠ ਸੱਤ ਵੱਜ ਗਏ, ਉਹ ਆ ਗਿਆ। ਬਰਾੜ ਨੇ ਸਕੂਟਰ ਆਉਂਦੇ ਡਾਕਟਰ ਨੂੰ ਕਿਹਾ, ਹੈ ਬਈ ਹੁਣ ਨਾ ਬੋਲੀ। ਗਿੱਲ ਨੇ ਡਾਕਟਰ ਦਾ ਹਿਸਾਬ ਲਾਇਆ, ਬਜਾਜ 150 ਸਕੂਟਰ ਤੇ ਉਹ ਅੱਧਾ ਲਮਕਿਆ ਆਉਂਦਾ ਸੀ, ਸ਼ਹਿਰਾਂ ਦੇ ਲਾ ਲਏ ਜਿਵੇਂ ਇੱਕ ਬੰਨੇ ਇੱਕ ਪਾਸਾ ਜਿਹਾ ਰੱਖ ਕੇ ਇੱਕ ਪਾਸੇ ਲਮਕਮਾ ਜਿਹਾ ਚਲਾਉਂਦੇ ਨਾ, ਇੱਕ ਟੇਢਾ ਹੋਇਆ ਆਉਂਦਾ ਸੀ ਸਕੂਟਰ ਤੇ, ਸਿਰ ਦੇ ਬਾਲ ਤਾਜ਼ੀ ਭੇਡ ਜਿਵੇਂ ਮੁੰਨੀ ਹੁੰਦੀ, ਐਂ ਸੀ ਗੰਜ ਚਾਰ ਕਬਾਲ, ਤੇ ਪੈਰਾਂ ਦਾ ਵਾਧੂ ਮਾਸ ਜਿਹਾ ਜੁੱਤੀ ਤੋਂ ਬਾਹਰ ਲਮਕੇ, ਉੱਪਰ ਦੀ ਚਿੱਟਾ ਕੋਟ ਪਾਇਆ, ਆਈਏ ਆਈਏ ਆਈਏ। ਹੌਲਦਾਰ ਨੂੰ ਪਛਾਣ ਕੇ ਡਾਕਟਰ ਨੇ ਕਿਹਾ, ਸਾਮੀ ਬੜੀ ਦੇਰ ਕਰਤੀ। ਹੌਲਦਾਰ ਨੇ ਖਹਿੜਾ ਜਿਹਾ ਕਿਹਾ, ਕਾਹਦੀ ਗੱਲ ਕਰਦੇ ਹੋ ਬਾਦਸ਼ਾਹ, ਚਿੱਟਾ ਕੋਟ ਉਹਨੇ ਸਹੀ ਕਰਦੇ, ਸਟੈਥੋਸਕੋਪ ਬੋਤੇ ਵਰਗੇ ਕੰਡਾ ਚ ਫਸਾ ਲਏ, ਬਸ ਦਿੱਲੀ ਵਾਲੀ ਥਾਲੀ ਆਈ ਹੋਈ ਹੈ, ਜਵਾਕਾਂ ਦੀ ਮਾਸੀ ਆਈ ਹੋਈ ਸੀ ਉਹਦੇ ਨਾਲ, ਬਸ ਬੈਠੇ ਰਹੇ, ਬੈਠੇ ਕਹਿ ਲਓ, ਤੁਹਾਡੀ ਭਾਸ਼ਾ ਠਰਕ ਕਹਿ ਲਓ, ਬਸ ਉਹਦੇ ਕੋਲੇ ਬੈਠਾ ਸੀ, ਉੱਥੇ ਹੀ ਸਮਾਂ ਲੱਗ ਗਿਆ ਥੋੜਾ ਜਿਹਾ। ਉਹਨਾਂ ਚੋਂ ਲਾਸ਼ਾਂ ਕਿੱਥੇ ਹੈ, ਅੰਦਰ ਹੈ, ਚਲੋ ਡਾਕਟਰ ਐਨਕਾਂ ਚਾਹ ਲਿਆ, ਮੋਟੀਆਂ ਜੀ ਐਨਕਾਂ ਲਾਈਆਂ ਜਿਵੇਂ ਖੂਹ ਤੇ ਜੋੜਿਆ ਬੋਤੇ ਦੇ ਲਾਈਆਂ ਹੁੰਦੇ, ਲਾਸ਼ਾਂ ਦੇ ਚੱਕਦਾ, ਕਿਸੇ ਜ਼ਹਿਰੀਲੀ ਚੀਜ਼ ਦਾ ਹਾਲ ਮੌਤ ਹੋਈ ਲੱਗਦੀ ਹੈ, ਡਾਕਟਰ ਨੇ ਹੌਲਦਾਰ ਨੂੰ ਸੁਣਾਇਆ। ਉਹਦੀਆਂ ਚੁਸਤ ਅੱਖਾਂ ਫੱਟ ਕਰ ਗਈਆਂ ਵੀ ਸਾਮੀ ਕਿਵੇਂ, ਕੋਈ ਕਫਾਸਨਾ ਹੋਈਆਂ ਜੀ, ਇੰਦਰ ਅੰਦਰ ਆ ਗਿਆ। ਇੱਕ ਗੱਲ ਹੋਰ ਹੈ, ਥੋੜਾ ਜਿਹਾ ਸਮਾਨ ਮੰਗਾਉਣਾ ਪਊ, ਹੁਕਮ ਕਰੋ, ਬਾਹਰ ਚਲੋ ਚਿੱਟ ਭੇਜਦਾ ਮੈਂ, ਕਿਸੇ ਕੈਮਿਸਟਰੀ ਦੁਕਾਨ ਤੋਂ ਫੜ ਲਿਆਓ। ਇੰਦਰ ਬਾਹਰ ਆ ਗਿਆ, ਡਾਕਟਰ ਤੇ ਹੌਲਦਾਰ ਅੰਦਰ ਗੱਲਾਂ ਮਾਰਦੇ ਰਹੇ। ਹੁਣ ਫਿਰ ਸਾਡੀ ਤਾਂ ਨੀ ਜ਼ਰੂਰਤ, ਦਫ਼ਤਰ ਅੰਦਰ ਆ ਕੇ ਹੌਲਦਾਰ ਨੇ ਡਾਕਟਰ ਨੂੰ ਕੋਈ ਨਹੀਂ ਜ਼ਰੂਰਤ, ਕੋਈ ਨੀ, ਰਿਪੋਰਟ ਕੱਲ੍ਹ ਥਾਣੇ ਦੇ ਉੱਪਰ ਦੀ ਹੋ ਜਾਏਗੀ, ਸਾਹਿਬ ਦੇ ਨਾਲ ਗੱਲ ਕਰ ਲਿਓ, ਤੇ ਤੁਸੀਂ ਕਰ ਲਿਓ ਆਪਸ ਵਿੱਚ ਗੱਲ, ਤੁਸੀਂ ਦੇਖ ਲਿਓ ਤੇ ਸਾਡਾ ਹਿਸਾਬ ਕਿਤਾਬ, ਉੱਧਰ ਕਰ ਲਿਓ ਜਾਂ ਮੈਂ ਇੱਥੇ ਕਰ ਲਿਓ, ਤੇ ਤੁਸੀਂ ਉਹ ਕਰ ਲਿਓ। ਐ ਬਈ ਇੱਕ ਹੋਰ ਸੁਣਾਵਾਂ ਤੁਹਾਨੂੰ, ਆਹ ਜਿਹੜਾ ਨਾਲ ਫਿਰਦਾ ਅੰਦਰ ਆਇਆ ਨਾ, ਤੇ ਨੁੰਗਲਾਂ ਵਾਲਾ, ਇਹ ਕਾਮਰੇਡ ਹੈ, ਫਿਰ ਇਹ ਕਹਿੰਦਾ ਮੈਂ ਨੀ ਦਿੰਦਾ। ਮਹਾਰਾਜ ਤੁਸੀਂ ਹੋਰ ਤਰੀਕੇ ਨਾਲ ਮੰਨਦੇ ਹੋ, ਡਾਕਟਰ ਹੋਰ ਤਰੀਕੇ ਨਾਲ ਮੰਨਦਾ। ਕੰਪਾਊਂਡਰ ਨੂੰ ਹਾਕ ਮਾਰ ਕਹਿੰਦਾ, ਪੱਪੀ ਹਾਂਜੀ ਡਾਕਟਰ ਸਾਹਿਬ, ਲਿਸਟ ਡਬਲ ਕਰ ਦੇ। ਡਬਲ ਸਮਾਨ ਤਾਂ ਸੰਦਰ ਸਰਕਾਰੀ ਓ ਲਾਉਣਾ ਹੈ, ਜਿਹੜਾ ਸਮਾਨ ਕਮਿਸਟ ਦੇ ਆਉਣਾ, ਹੱਥ ਆਪਾਂ ਮੋੜਿਆ ਆਉਣਾ, 5000 ਦਾ, 5000 ਉਧਰੋਂ ਲੈ ਲੈਣਾ।
ਮੜ ਹੁਣ ਕੀ ਕਹਿੰਦਾ ਬਰਾਜ ਨੇ ਇੰਦਰ ਨੂੰ ਪੁੱਛਿਆ, ਕਹਿੰਦਾ ਮਾੜਾ ਮੋਟਾ ਸਮਾਨ ਲੋੜੀਦਾ ਕਮਿਸਟ ਦੀ ਦੁਕਾਨ ਤੋਂ ਲੈ ਆਊ, ਸਮਾਨ ਤਾਂ ਪੋਸਟਮਾਰਟਮ ਵਾਸਤੇ ਸਰਕਾਰੀ ਹਸਪਤਾਲ ਚ ਹੁੰਦਾ। ਬਰਾੜ ਪੜਿਆ ਲਿਖਿਆ ਸੀ, ਵਿੱਚੋਂ ਹੀ ਖਾ ਖੂ ਜਾਂਦੇ ਆ ਸਾਲੇ, ਗਿੱਲ ਨੇ ਗੱਲ ਤੋੜੀ। ਅੰਨੀ ਨੂੰ ਬੋਲਾ ਘੜੀਸੀ ਫਿਰਦਾ ਸਿੱਧਾ, ਕਾਫੀ ਸਮੇਂ ਤੋਂ ਔਖਾ ਸੀ। ਹੈ ਬਈ ਇੱਥੇ ਕੋਈ ਪੁੱਛਦਾ, ਇੰਦਰ ਨੇ ਕਿਹਾ। ਗੱਲਾਂ ਕਰਦੇ ਲਿਸਟ ਵੱਡੀ ਸਾਰੀ ਆ ਗਈ, ਕੰਪਾਊਂਡਰ ਦੀ ਡਿਊਟੀ ਵੱਧ ਗਈ। ਮਾੜਕੂ ਜਿਹਾ ਸਰੀਰ ਵਾਲਾ ਕੰਪਾਊਂਡਰ ਚੁਸਤ ਲੱਗਦਾ, ਚਿੜੇ ਵਾਂਗੂ ਟਪੂਸੀਆਂ ਮਾਰਦਾ। ਨਾਈਟ ਡਿਊਟੀ ਵਾਲੀਆਂ ਨਰਸਾਂ ਵੀ ਆ ਗਈਆਂ, ਦੁਪਹਿਰੇ ਜਿੱਥੇ ਹਾੜ ਬੋਲਦਾ ਦੀ ਹਾਏ ਬੂਹ ਹੁੰਦੀ ਸੀ, ਰਾਤ ਵਾਲੀਆਂ ਨਰਸਾਂ ਨੇ ਆ ਕੇ ਚਿੱਟੇ ਕੋਟ ਪਾ ਲਏ ਤੇ ਉੱਪਰ ਟਿਊਬਾਂ ਜਗਦੀਆਂ, ਟਿਊਬਾਂ ਦੇ ਨਾਲ ਉਹ ਚਿੱਟੇ ਚਿੱਟੀਆਂ ਸਾਰੀਆਂ ਲੱਗਦੀਆਂ, ਰੰਗ ਤਾਂ ਕਣਕ ਬਣਾਈ ਸੀ, ਉੱਪਰ ਚਿੱਟੇ ਕੋਟ ਪਾ ਕੇ ਚਿੱਟੀਆਂ ਲੱਗਦੀਆਂ। ਜਿਹੜੇ ਦੁਪਹਿਰੇ ਹਾਏ ਬੂਹ ਕਰਦੇ ਸੀ ਆਲਦੜੇ ਦੇ ਭੱਜੀਆਂ ਫਿਰ ਨਰਸਾਂ, ਉਹ ਹਾਏ ਬੂਹ ਉਹਨੇ ਟਿੱਗ। ਇੰਦਰ ਨੇ ਲਿਸਟ ਤੇ ਸਰਸਰੀ ਮਾਰੀ, 1,000 ਰੁਪਈਏ ਤੋਂ ਵੱਧ ਦਾ ਸਮਾਨ ਆਊ। ਹਜ਼ਾਰ ਤਾਂ ਨੀਲਮ ਵਾਲੇ ਨੇ ਖੰਡ ਵੀ ਨਹੀਂ ਦੇਣਾ, 7-8 ਹਜ਼ਾਰ ਦੀ ਗੱਲ ਕਰ, ਕੱਢ ਲਾਵਾਂ। ਆਨੇ ਕੁੱਤੇ ਡਾਕਟਰ ਦੇ ਭੂਰਿਆ ਭੂਤਰਿਆ ਗਿੱਲ ਅੰਦਰ ਨੂੰ ਜਾਣ ਲੱਗਾ। ਬਰਾੜ ਨੇ ਰੋਕ ਲਿਆ, ਬਰਾੜ ਨੇ ਧੱਕ ਲਿਆ ਜਿਵੇਂ ਬਹੁਤ ਧੱਕੇ ਨਾਲ ਜੋੜੀ ਦਾ ਨਾ ਜਾਂ ਮਾੜੇ ਘੋੜੇ ਤੇ ਧੱਕੇ ਨਾਲ ਕਾਠੀ ਪਾਈ ਦੀ ਆ। ਉਹ ਯਾਰ ਤੁਸੀਂ ਜੀਪ ਕੱਢੋ, ਉਹਨੇ ਬਾਹਰ ਨੂੰ ਗਿੱਲ ਨੂੰ ਧੱਕਿਆ ਹੋਇਆ। ਬਰਾੜਾ ਜੀਪ ਲਿਆ ਓਏ, ਇੰਦਰ ਨੇ ਹੁਕਮੀਆਂ ਕੀਤਾ। ਜੀਪ ਆ ਗਈ, ਜੀਪ ਉੱਡਣ ਨੂੰ ਤਿਆਰ, ਧੱਕ ਕੇ ਜੀਪ ਕਿਸੇ ਉੱਡਣ ਨੂੰ ਤਿਆਰ ਸੀ। ਗਿੱਲ ਧੱਕੇ ਨਾਲ ਮੂਹਰਲੀ ਸੀਟ ਤੇ ਬਿਠਾ ਲਿਆ ਉਹਨਾਂ, ਬਹੁਤ ਔਖਾ ਸੀ। ਤੁਸੀਂ ਮੈਨੂੰ ਛੱਡ ਦਿਓ ਯਾਰ, ਮਾੜਾ ਜਿਹਾ ਮੈਂ ਡਾਕਟਰ ਕੋਲ ਤਾਂ ਜਾਇਆ ਵਾ। ਉਹ ਰਹਿਣ ਦੇ, ਤੂੰ ਤੈਂ ਲਾਸ਼ਾਂ ਦਾ ਹੀ ਖਰਾਬੀ ਕਰਾਉਣੀ ਹੈ, ਮਰਜੋ ਫਿਰ ਮਰਜੋ ਗੁਲਾਮੀ ਚ ਓਈ। ਉਹ ਤੋੜ ਲਾ ਯਾਰ ਬਰਾੜਾ, ਤੂੰ ਇਹਦੀਆਂ ਕਿਉਂ ਸੁਣਦਾ, ਹਰ ਰੋਜ਼ ਇਹਦੇ ਨਾਲ ਰਹਿਣਾ। ਸ਼ਹਿਰਾਂ ਚ ਗਹਿਮੀ ਕਿਤੇ ਕਿਤੇ CRPI ਦੇ ਘੋੜੇ ਦੇ ਨਾਲ ਉਹ ਪੈਦਲ ਗਸ਼ਤ ਕਰ ਰਹੇ ਸੀ, ਹਰ ਇੱਕ ਅੰਮ੍ਰਿਤਧਾਰੀ ਨੂੰ ਕੈੜਾ ਦੇਖਦੇ। ਵਾਟਰ ਬਾਕਸ ਲੰਘ ਕੇ ਸਿੱਧਾ ਨੀਲਮ ਮੈਡੀਕਲ ਹਾਲ ਤੇ ਆ ਗਈ ਗੱਡੀ, ਜੀਪ ਨੀਲਮ ਮੈਡੀਕਲ ਦੇ ਅੱਗੇ ਖੜੀ ਕਰ ਦਿੱਤੀ। ਖੰਭੇ ਤੇ ਫਿੱਟ ਟਿਊਬ ਦਾ ਚਾਨਣ ਜੀਪ ਤੇ ਵਰ ਰਿਹਾ ਸੀ। ਹੈ ਬਈ ਅਸੀਂ ਤਾਂ ਖੱਜਲ ਖੁਆਰ ਹੋਣੇ ਆ, ਤੁਸੀਂ ਬੱਸ ਫੜੋ ਪਿੰਡ ਜਾਓ। ਇੰਦਰ ਨੇ ਬਰਾੜ ਤੇ ਗਿੱਲ ਨੂੰ ਕਿਹਾ। ਬਰਾੜ ਤੇ ਗਿੱਲ ਦੋਨਾਂ ਨੂੰ ਇੰਦਰ ਰੱਖਣ ਨੂੰ ਨਹੀਂ ਸੀ ਚਾਹੁੰਦਾ, ਕਿਉਂਕਿ ਇਹਨਾਂ ਨੇ ਸਿਆਪਾ ਪਾ ਲੈਣਾ, ਜਿੱਥੇ ਤੁਸੀਂ ਉੱਥੇ ਅਸੀਂ, ਬਰਾੜ ਨੇ ਕਿਹਾ। ਤੇ ਜੇ ਬੰਦਾ ਭੀੜ ਪੈਣ ਤੇ ਕੰਮ ਨਾ ਆਇਆ ਫਿਰ ਫੂਕਣਾ ਹੈ। ਗਿੱਲ ਨੂੰ ਆਏ ਸੀ ਵੀ ਮੁੜ ਕੇ ਜਾ ਕੇ ਡਾਕਟਰ ਢਾਉਣਾ, ਨਾ ਮੇਰੀ ਮੰਨੋ ਮੇਰਾ ਵੀਰ, ਤੁਸੀਂ ਚਲੋ, ਤੁਹਾਨੂੰ ਬੱਸ ਚੜ ਕੇ ਆਉਣੇ ਆ। ਤਿੰਨ ਦਿਨ ਵਿਚਾਰ ਰਹੇ, ਕੱਲ ਨੂੰ ਕੰਜਰਾਂ ਦੇ ਮੱਥੇ ਵੀ ਲੱਗਣਾ, ਤੁਸੀਂ ਕੱਲ ਨੂੰ ਸਵੇਰ ਦੀ ਰੋਟੀ ਲੈ ਆਇਓ, ਅਸੀਂ ਸਾਰ ਲਾਂਗੇ ਇੱਥੇ। ਚੱਲ ਜਿਵੇਂ ਕਹਿ ਰਹੇ ਹੋ ਕਰ ਲੈਂਦੇ ਹਾਂ। ਬਰਾੜ ਨੇ ਨੀਵੀਂ ਪਾ ਲਈ, ਪਰ ਗਿੱਲ ਹਲੇ ਵੀ ਡੱਕਾ ਚੱਬਦਾ ਸੀ। ਡੱਕਾ ਉਹਨੇ ਚੱਬਦੇ ਇੱਕ ਹੱਥ ਨਾਲ ਭਗਾ ਕੇ ਮੂਹਰੇ ਮਾਰਿਆ, ਮੈਂ ਤਾਂ ਨੀ ਜਾਣਾ ਯਾਰ। ਹਾਂ ਗਿੱਲਾ, ਹੈ ਬਈ ਐ ਨੀ ਕਰੀਦਾ ਮੇਰਾ ਵੀਰ, ਤੂੰ ਚਲੋ ਪਿੰਡ ਨੂੰ, ਨਾਲੇ ਪਿੰਡ ਰਾਹ ਬੀਬੀ ਉਹਨਾਂ ਨਾਲ ਕਰਿਓ ਗੱਲ, ਬੇਬੇ ਉਹਨਾਂ ਨੂੰ, ਅਸੀਂ ਇੱਥੇ ਸਾਰਦੇ ਹਾਂ। ਉਹਨਾਂ ਨੂੰ ਭੇਜ ਕੇ ਉੱਥੋਂ ਤੁਰ ਕੇ ਬਰਾੜ ਤੇ ਗਿੱਲ ਬੱਸ ਚੜਾ ਤੇ ਜੀਪ ਤੋੜ ਲਈ। ਇੰਦਰ ਦੇਵ ਜੀਪ ਹੌਲੀ ਦੇ ਕੇ ਸ਼ਿੰਦਰ ਕਹਿਣ ਛੱਡਿਆ, ਇੱਕ ਗੱਲ ਆਖਾਂ ਜੇ ਗੁੱਸਾ ਨਾ ਕਰੇ। ਆਪਾਂ ਕਾਹਨੂੰ ਗੁੱਸਾ ਕਰਨਾ ਬਾਈ, ਸ਼ਿੰਦੇ ਦੀਆਂ ਭਤੀਜੀਆਂ ਸੀ, ਕਰਮੇ ਦੀ ਘਰ ਵਾਲੀ ਤੇ ਕਰਮੇ ਦੀਆਂ 3 ਕੁੜੀਆਂ ਸੀ। ਕੁੱਟ ਲਾ ਨਾ ਲਈਏ ਯਾਰ, ਸਰੀਰ ਜਿਹਾ ਟੁੱਟੀ ਜਾਂਦਾ ਹੈ। ਇੰਦਰ ਕਾਮਰੇਡ ਨੇ ਹੌਲੀ ਦੇ ਕੇ ਤੇ ਤੇਜ਼ੀ ਨਾਲ ਕਿਹਾ, ਮੈਂ ਤਾਂ ਤੈਨੂੰ ਆਪ ਕਹਿਣ ਵਾਲਾ ਸੀ, ਮੇਰਾ ਵੀ ਚਿੱਤ ਡੋਲਦਾ। ਠੇਕਿਓਂ ਬੋਤਲ ਲੈ ਕੇ ਹੱਥ 'ਚ ਵੜ ਗਏ ਸ਼ਿੰਦਿਆ, ਜੋ ਹੋਣਾ ਸੀ ਹੋ ਗਿਆ, ਦਿਲ ਨਾ ਛੱਡ, ਪ੍ਰਮਾਤਮਾ ਦੀ ਲੀਲਾ ਨਿਆਰੀ ਹੈ। ਕਾਮਰੇਡ ਨੇ ਰੱਬ ਸੰਨ 'ਚ ਦੇ ਲਿਆ, ਊਂ ਕਦੇ ਰੱਬ ਦਾ ਨਾਂ ਨਹੀਂ ਸੀ ਲੈਂਦਾ, ਕਹਿੰਦਾ ਅੱਜ ਰੱਬ ਲਿਆਉਂਦੇ। ਮੈਂ ਤਾਂ ਯਾਰ ਇੰਦਰ ਹੋਰ ਸੋਚਦਾ ਸੀ, ਸ਼ਿੰਦੇ ਨੇ ਗਲਾਸ ਭਰ ਕੇ ਅੰਦਰ ਸੁੱਟਿਆ ਅੰਗਰੇਜ਼ੀ ਸ਼ਰਾਬ ਦਾ ਲੰਡਾ, ਪੈਗ ਵਿੱਚ ਦੀ ਸਰੀਰ ਦੇ ਲੀਕ ਪਾ ਕੇ ਲੱਗਿਆ, ਗਰਮੀ ਨਾਲ ਮੱਥੇ ਤੇ ਤਿਉੜੀ ਆ ਗਈ। ਕੀ ਇੰਦਰ ਬੋਤਲ ਲੈ, ਆਪਾਂ ਕੱਲ ਨੂੰ ਆਪਾਂ ਐਂ ਕਰੀਏ, ਕਾਬੇ ਨੂੰ ਪਿੰਡ ਆਪਾਂ ਲੁਧਿਆਣੇ ਬੁਲਾਈਏ। ਨਾਲ ਉਹ ਆਂਡਾ ਮੂੰਹ ਚ ਧੱਕਿਆ, ਧੱਕ ਰਿਹਾ ਸੀ, ਉੱਭਰਿਆ ਹੋਇਆ, ਗੁੰਮ 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 ਨਾਲ ਕਰ ਰਿਹਾ ਸੀ। ਕਿਉਂ ਧੱਕਣ ਲੱਗਿਆ ਸੀ? ਗੂਠੇ ਦੇ ਨਾਲ ਮੈਂ ਧੱਕੇ ਨਾਲ ਮੱਝ ਨੂੰ ਪੀ ਦੇਈ ਦੀ ਹੈ। ਆਪਾਂ ਬੜੇ ਭਾਈ ਨੂੰ ਸੱਦੀਏ, ਹੈ ਬਈ ਆ ਸੱਦ ਲੈਂਦੇ ਆ। ਫਿਰ ਹੁਣ ਕੀ ਆ, ਫਿਰ ਉਹਨੂੰ ਦੱਸਣਾ ਤਾਂ ਪੈਣਾ ਹੈ। ਜਦ ਨੂੰ ਦੋ ਦੋ ਪੈਗ ਲੱਗੇ ਤਰਾਰੇ ਚ ਹੋ ਗਏ, ਬੈਠੇ ਗੱਲਾਂ ਕਰਦੇ ਕਰਦੇ ਸ਼ਿੰਦੇ ਨੇ ਲੇਰ ਮਾਰੀ, ਇੰਦਰਾ ਬਾਈ ਦਾ ਘਰ ਪੱਟਿਆ ਗਿਆ ਓਏ। ਜਦ ਉਹਨੇ ਲੇਰ ਮਾਰੀ ਹੱਥ ਦੇ ਸਾਰੇ ਸ਼ਰਾਬੀ ਉਹਦੇ ਵੱਲ ਦੇਖਣ ਲੱਗ, ਐਵੇਂ ਕਬਲ ਨੀ ਮਾਰੀ ਦਾ ਹੁੰਦਾ ਸਾਥੀ, ਚੱਕ ਪੀ ਛੱਲੀਏ। ਕਬਲ ਨੀ ਮਾਰੀ ਦਾ ਜਿਹੜਾ ਕੋਲ ਲਿਖਿਆ ਹੋਇਆ ਸ੍ਰਿਸ਼ਟੀ ਚ ਹੋ ਗਿਆ, ਹੁਣ ਰੱਬ ਤੋਂ ਸ੍ਰਿਸ਼ਟੀ ਤੇ ਆ ਗਿਆ। ਇੰਦਰ ਸ਼ਿੰਦਾ ਦੱਬਿਆ, ਕੁੱਤੇ ਕੋਈ ਗੱਲ ਕਰ ਰਿਹਾ ਸੀ, ਦਾਰੂ ਨੇ ਹੰਝੂਆਂ ਦਾ ਹੜ ਖੋਲਤਾ।
ਚੱਕ ਫਿਰ ਹੈ, ਚੱਲ ਲੇਟ ਹੋਈ ਜਾਣੇ, ਲੈ ਤਾਂ ਗਈ ਲੈ ਬਾਈ ਬਾਈ ਨੂੰ ਕੀ ਅੱਛਾ ਇਹਨੂੰ, ਇੱਕ ਸ਼ਰਾਬੀ ਜੇ ਖੁੰਡ ਨੇ ਆ ਕੇ ਪੁੱਛਿਆ, ਨਾਲ ਉਹਨੇ ਮੋਢੇ ਤੇ ਇੰਦਰ ਦੇ ਹੱਥ ਰੱਖ ਲਿਆ, ਨਾਲ ਝੂਮੀ ਜਾ ਕੁਛ ਨੇ ਘਰ ਦੀ ਗੱਲ ਹੈ ਸਾਡੇ, ਇੰਦਰ ਨੇ ਕਿਹਾ। ਉਹਦੀਆਂ ਅੱਖਾਂ ਚ ਨਸ਼ਾ ਡੋਲ ਰਿਹਾ, ਮਰਦ ਨੀ ਰੋਂਦੇ ਹੁੰਦੇ ਬਾਈ ਸਿਆਹ, ਮਰਦਾਂ ਨੂੰ ਮਿਹਣ ਹੈ, ਮੈਂ ਵੀ ਤੇਰੇ ਵਾਂਗੂ ਹੀ ਫਿਰਦਾ, ਵਿਆਹ ਨੀ ਸੀ ਮੇਰਾ ਹੋਇਆ, ਸਾਰੀ ਜਵਾਨੀ ਮੈਂ ਘਰ ਦਾ ਕੰਮ ਕੀਤਾ, ਭਾਈ ਮੇਰਾ ਫੌਜੀ ਸੀ, ਰੋਟੀ ਪਾਣਾ ਹੀ ਘਰੋਂ ਮੈਨੂੰ ਮਿਲਦਾ, ਬੇਬੇ ਬੈਠੀ ਸੀ ਭਰਜਾਈ ਰੋਟੀ ਟੁੱਕ ਦਿੰਦੀ ਰਹੀ, ਬੇਬੇ ਮਰ ਗਈ ਭਰਜਾਈ ਦੇ ਮੈਨੂੰ ਵੀ ਕੱਢਤਾ ਕਰੋ। ਉਹ ਲੱਗ ਗਿਆ ਇੰਦਰ ਕਹਿੰਦਾ ਉਹ ਖੜਾ ਹੋ ਯਾਰ, ਹਰ ਇੱਕ ਨੂੰ ਆਪਣਾ ਆਪਣਾ ਸਿਆਪਾ, ਇਹਨੂੰ ਭਰਜਾਈ ਨੇ ਕੱਢਤਾ, ਸਾਡੀ ਭਰਜਾਈ ਮਰ ਗਈ, ਚੱਲ ਯਾਰ ਉੱਠ ਐ ਨਾ ਕਰ। ਬਾਹਰ ਆਏ ਇੱਕ ਖੰਭੇ ਕੋਲ ਖੜਾ ਪਿਸ਼ਾਬ ਕਰਨ ਲੱਗਿਆ ਸੀ, ਤੁਰੇ ਜਾਂਦੇ ਇੰਦਰ ਦਾ ਪੈਰ ਸ਼ਰਾਬੀ ਦੇ ਪਿਸ਼ਾਬ ਚ ਪੈ ਗਿਆ, ਨਾਲੇ ਤਾਂ ਪੈਰ ਧਰਤੀ ਤੇ ਮਾਰਿਆ, ਕਹਿੰਦਾ ਦੇਖ ਇਹਨੇ ਅੱਜ ਟਿਊਬਵੈਲ ਚਲਾਇਆ ਹੋਇਆ, ਇਹ ਜਮਾ ਹੀ ਥੱਲੇ ਲੱਗਿਆ ਖੜਾ ਹੈ, ਇਹਦੇ ਰੱਬ ਇਹਦੇ ਯਾਦ ਇਹਦੀ, ਹਨੇਰਾ ਹੋ ਗਿਆ, ਖਾਸੀ ਜੀਪ ਚ ਲੈ ਗਏ, ਸਾਹਮਣੇ ਸੀਆਰਪੀ ਦੀ ਪਿਕਟ ਆ ਗਈ ਨਾਕੇ ਤੇ, ਕਹਾਂ ਸੇ ਆਏ ਹੋ, ਸੀਆਰਪੀ ਦਾ ਕਾਲਾ ਚਿਹਰਾ, ਮੁੱਛਾਂ ਉਹਨੇ ਦਾੜੀ ਨਾਲ ਰਲਾ ਕੇ ਦੋਨੇ ਬੜੀਆਂ ਕੀਤੀਆਂ ਹੋਈਆਂ ਸੀ, ਗੱਲਾਂ ਤੋਂ ਲੱਗਦਾ ਸੀ ਜਿਵੇਂ ਰਾਵਣੇ ਖੜਾ ਹੁੰਦਾ ਹੈ ਵੀ ਉਹ ਸੀ ਕਾਲਾ। ਕਹਾਂ ਸੇ ਆਏ ਹੋ, ਇੰਦਰ ਨੇ ਕਿਹਾ, ਮੂਹਰੇ ਹੋ ਗਿਆ, ਯਹਾਂ ਸੇ ਹੀ, ਯਹਾਂ ਕਹਾਂ ਸੇ, ਨੀਲਮ ਮੈਡੀਕਲ ਸਟੋਰ ਸੇ, ਕਿਸ ਲਈ ਗਏ ਥੇ, ਹਮਾਰੀ ਭਾਬੀ ਕੀ ਮੌਤ ਹੋ ਗਈ, ਪੋਸਟਮਾਰਟਮ ਕਾ ਸਮਾਨ ਲੈ ਕੇ ਆਇਆ ਹੈ, ਪੰਜਾਬੀ ਹਿੰਦੀ ਦੀ ਖਿਚੜੀ ਬਣਾ ਕੇ ਇੰਦਰ ਨੇ ਛੱਡਤੀ। ਕਹਾਂ ਜਾ ਰਹੇ ਹੋ, ਹਸਪਤਾਲ, ਹਸਪਤਾਲ ਚ ਕੀ ਹੈ, ਉੱਥੇ ਰੋਪਣਾ ਪੈਣਾ, ਉਹ ਰੋਪਣੇ ਤੇ ਤੂੰ ਵੀ ਬਹਿ ਜੀ, ਨਾਲੇ ਮੈਂ ਬਹਿ ਜੂ ਉੱਥੇ, ਤੈਨੂੰ ਦੱਸੀ ਜਾਂਦੇ ਲਾਸ਼ਾਂ ਪਈਆਂ ਚਾਰ ਉੱਥੇ ਮੇਰੀਆਂ ਭਤੀਜੀ ਦੀਆਂ, ਨਾਲ ਮੇਰੀ ਭਰਜਾਈ ਮਰ ਗਈ, ਤੂੰ ਮੈਨੂੰ ਪੁੱਛੀ ਤੁਰਿਆ ਜਾਂਦਾ, ਤੂੰ ਜੀਪ ਚ ਬਹਿ ਜਾ ਮੇਰੇ ਨਾਲ, ਤੂੰ ਉੱਥੇ ਰੋਪਣੇ ਤੇ ਜਿੱਥੇ ਮੈਂ ਲੱਡੂ ਬੂੰਦੀ ਵਾਲਾ ਪਾਊ ਮੋਟੀ ਵਾਲਾ ਤੂੰ ਮੂੰਹ ਚ ਪਾ ਲਈ। ਜਦੋਂ ਰੌਲਾ ਪਾਉਣ ਲੱਗਿਆ ਪੰਜਾਬ ਪੁਲਿਸ ਦਾ ਹੌਲ ਦਾ ਜਿਹੜਾ ਨਾਲ ਖੜਾ ਸੀ, ਉਹ ਕਹਿੰਦਾ ਜਨਾਬ ਛੱਡੋ, ਇਹ ਬਹੁਤ ਔਖੇ ਨੇ ਸ਼ਰਾਬੀ ਨੇ, ਮੈਂ ਇਹ ਸਮਝ ਨੀ ਜੇ ਬੋਲ ਕੇ ਹਰਾ ਰਿਹਾ ਹੈ, ਉਹ ਕਹਿੰਦਾ ਕੁਛ ਨੀ ਕਹਿ ਰਿਹਾ ਯਾਰ, ਤੂੰ ਚੱਲ ਬਾਈ ਚਲੋ ਤੁਸੀਂ। ਗੱਲਾਂ ਕਰਦੇ ਜੀਪ ਉਹਨਾਂ ਨੇ ਉੱਥੋਂ ਤੋਰ ਲਈ, ਤੁਰਦੇ ਤੁਰਦੇ ਇੰਦਰ ਦੇ ਬਰਾਬਰ ਬੈਠੇ ਸ਼ਿੰਦੇ ਦੇ ਪੱਟ ਤੇ ਹੱਥ ਮਾਰ ਕੇ ਅੰਦਰ ਕਹਿੰਦਾ, ਹੋਰ ਸੁਣਾ ਵਾ ਤੈਨੂੰ ਇੱਕ, ਆ ਮੀਨਾ ਕੁ ਹੋ ਗਿਆ ਸ਼ਾਹ ਪ੍ਰਧਾਨ ਲਈ ਥਾਣੇ ਜਾ ਵੜਿਆ, ਕਹਿੰਦਾ ਮੈਨੂੰ ਥਾਣੇਦਾਰ ਨੂੰ ਬੁਲਾਓ। ਉਹ ਕਹਿੰਦਾ ਸਰਦਾਰ ਬਾਹਰ ਗਿਆ, ਕਹਿੰਦਾ ਮੈਂ ਉਡੀਕ ਲੈਂਦਾ, ਜਾਂ ਥਾਣੇਦਾਰ ਆਊ ਉਹਦੇ ਨਾਲ ਮੈਂ ਗੱਲ ਕਰਨੀ। ਉਹਦੇ ਬਾਅਦ ਭਾਈ ਥਾਣੇਦਾਰ ਆ ਗਿਆ, ਥਾਣੇਦਾਰ ਨੂੰ ਕਹਿੰਦਾ ਵੀ ਜਨਾਬ ਤੁਹਾਨੂੰ ਬੰਦਾ ਮਿਲਣ ਆਇਆ ਖਾਸ, ਕਹਿੰਦਾ ਵੀ ਇਹਨੇ ਖਬਰ ਦੇਣੀ ਹੈ। ਕਹਾਂ ਕੀ ਹੋਇਆ, ਕਹਿੰਦਾ ਬਸ ਕੀ ਪਰਲੇ ਪਾਸੇ ਨੂੰ ਜਾ ਕੇ ਕਹਿੰਦਾ ਅਮਲੀ ਬਣਾਸ ਆ ਕੇ ਕਹਿੰਦਾ ਜੀ ਫਲਾਣਾ ਸਿੰਘ ਖਾੜਕੂ ਜੀ ਦੇ 10 ਲੱਖ ਨਾਮ ਹੈ, ਉਹ ਟੈਂਪੂ ਚ ਬੈਠਾ ਸਾਡੇ ਪਿੰਡ ਨੂੰ ਜਾਂਦਾ ਦੇਖਿਆ, ਸਿਰ ਤੇ ਜਿਹੜਾ ਨਾਮ ਆ ਅੱਧਾ ਤੁਸੀਂ ਫੜ ਲਿਓ ਤੇ ਅੱਧਾ ਤੁਸੀਂ ਮੈਨੂੰ ਦੇ ਦਿਓ ਤੇ ਅੱਧਾ ਤੁਸੀਂ ਰੱਖ ਲਓ। ਇੰਨੀ ਗੱਲ ਕਹੀ ਨੀ ਥਾਣਦਾ ਤੇ ਹੋਕਰਾ ਮਾਰਿਆ ਤੇ ਅਮਲੀ ਢਾ ਲਿਆ, ਦੇ ਡਾਂਗ ਤੇ ਡਾਂਗ। ਉਹ ਮਾਪਿਓ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਿਹੜਾ ਇਸ਼ਤਿਹਾਰੀ ਮੁਰਜਮਾ ਨੂੰ ਫੜ ਲਓ। ਉਹ ਕਹਿੰਦੇ ਮੈਂ ਅਸੀਂ ਮਿੰਟਾਂ ਨਾਲ 500 ਰੁਪਇਆ ਦੇ ਕੇ ਬੱਸ ਅੱਡੇ ਉਹਨੂੰ ਚੜਾ ਕੇ ਆਏ ਹਾਂ, ਬਈ ਤੂੰ ਸਾਡੇ ਏਰੀਏ ਤੋਂ ਗਾਹਾਂ ਹੋ ਜਾ, ਤੂੰ ਆ ਗਿਆ ਪਤਾ ਦੇਣ, ਅਸੀਂ ਤਾਂ ਮਿੰਟਾਂ ਨਾਲ ਚੜਾ ਕੇ ਆਏ ਟੈਂਪੂ ਤੇ ਉਹਨੂੰ, ਵੀਰ ਸਾਡਾ ਖਾਣਾ ਛੱਡ ਜਾ ਜਿੱਧਰ ਮਰਜ਼ੀ ਜਾ। ਅੱਛਾ ਵੀ ਇਉਂ ਵੀ ਕਰਦੇ ਆ ਇਹ, ਉਹ ਐਂ ਕਰਦੇ ਆ। ਇੰਦਰ ਕੋਸ਼ਿਸ਼ ਕਰ ਰਿਹਾ ਸੀ ਵੀ ਸ਼ਿੰਦੇ ਦਾ ਮਨ ਠੀਕ ਹੋ ਗਿਆ, ਸ਼ਿੰਦੇ ਨੂੰ ਭਤੀਜੀਆਂ ਦੇ ਭਰਜਾਈ ਦਾ ਬਹੁਤ ਦੁੱਖ ਸੀ। ਗੱਲਾਂ ਕਰਦੇ ਕਰਦੇ ਹਸਪਤਾਲ ਪਹੁੰਚ ਕੇ ਜੀਪ ਲਾ ਦਿੱਤੀ, ਜੀਪ ਦੀਆਂ ਮੂਹਰਲੀਆਂ ਸੀਟਾਂ ਤੇ ਬੈਠੇ, ਛੋਟਾ ਜਿਹੜਾ ਕੰਪਾਊਂਡਰ ਆਥਣ ਵਾਲਾ ਸੀ ਜਿਹੜਾ ਚਿੱਟ ਦੇ ਕੇ ਗਿਆ, ਉਹ ਭੱਜ ਕੇ ਆ ਗਿਆ। ਆ ਗਏ ਬਾਈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਤੂੰ 2 ਵਾਰ ਸਤਿ ਸ੍ਰੀ ਅਕਾਲ ਬੁਲਾਉਣਾ ਸਾਨੂੰ ਕੀ ਗੱਲ, ਮੈਂ ਤੁਹਾਡੇ ਪਿੰਡਾਂ ਦਾ ਤਾਂ, ਤੂੰ ਇੰਦਰ ਦੇਵ ਨੀ ਬਾਈ ਜਿਹੜਾ ਕਾਮਰੇਡ ਹੈ? ਹਾਂ ਮੈਂ ਇੰਦਰ ਆ, ਤੇ ਆਹ ਬਾਈ ਸ਼ਿੰਦਾ ਕਰਵੇ ਦਾ ਭਾਈ, ਉਹ ਤੂੰ ਤਾਂ ਸਾਰੇ ਟੱਬਰ ਨੀ ਜਾਣਦਾ, ਆਹੋ ਤੁਹਾਡੇ ਪਿੰਡਾਂ ਦਾ ਮੈਂ ਸਾਰਾ ਕੁਛ ਆ ਮੈਨੂੰ ਪਤਾ, ਭਾਬੀ ਥੋੜੀ ਜਿਹੜੀ ਵਰਗੀ ਉਹ ਨਾਲ ਜਵਾਕ ਨੇ, ਮੈਨੂੰ ਬਹੁਤ ਮਾੜਾ ਦੁੱਖ ਹੈ ਤੁਹਾਨੂੰ, ਦੇਣ ਵਾਲਾ ਖਚਰਾ ਜਿਹੜਾ ਇੱਥੇ ਬਹੁਤ ਕੰਪਾਊਂਡਰ ਉਹ ਬਹੁਤ ਮਾੜਾ, ਉਹ ਤੁਹਾਨੂੰ ਲੁੱਟ ਜੂ, ਉਹ ਤੰਗ ਕਰ ਗਿਆ ਤੁਹਾਨੂੰ, ਆਹ ਲਿਸਟ ਚ ਉਹਨੇ ਵੀ ਪੈਸੇ ਦੇਣੇ ਨੇ, ਸਮਾਨ ਇਹਨਾਂ ਨੇ ਕੱਲ ਨੂੰ ਮੋੜਿਆ ਆਉਣਾ, ਮੈਂ ਤੁਹਾਨੂੰ ਹੱਕ ਸੱਚ ਦੀ ਗੱਲ ਦੱਸਦਾ, ਪਿੰਡਾਂ ਨਾਮ ਹੈ। ਬਹੁਤ ਚੰਗਾ ਬੰਦਾ ਯਾਰ, ਨਾਲੇ ਤੇ ਤੁਹਾਡਾ ਸੌਣ ਦਾ ਇੰਤਜ਼ਾਮ ਮੈਂ ਕਰਦਾ, ਅੰਦਰ ਪਾਵੇਗਾ, ਆਹੋ ਮਰੀਜ਼ਾਂ ਵਾਲੇ ਬੈੱਡ ਨੇ 4, ਉਹ ਚ
ਦੋ ਤੇ ਜਿਹੜੇ ਨੇ ਉਹ ਇਕੱਠੇ ਕਰ ਦਿੰਦੇ ਨੇ, ਮੈਂ ਦੋ ਦੋ ਮਰੀਜ਼ ਇੱਕ ਮੰਜੇ ਤੇ, ਤੇ ਤੁਹਾਨੂੰ ਦੋਨਾਂ ਨੂੰ ਦੇ ਦੇਣਾ। ਲੈ ਫਿਰ ਚੱਲ ਅੰਦਰ ਨੂੰ ਚੱਲੀਏ। ਤੇ ਬਾਈ ਅੰਦਰ ਜਾਂਦੇ ਪਹਿਲਾਂ ਕੁੱਟ ਲਵਾ ਤਾਂ ਲਓ, ਮੈਨੂੰ ਆਪਣੇ ਹਾਣ ਦਾ ਤਾਂ ਕਰ ਲਓ, ਫਿਰ ਅੰਦਰ ਪਾ ਦਿੰਦਾ ਮੈਂ ਤੁਹਾਨੂੰ। ਇੰਨੀ ਗੱਲ ਕੀਤੀ ਅੰਦਰ ਤੇ ਸੁੱਖ ਦੋਨੇ ਉੱਚੀ ਉੱਚੀ ਹੱਸਣ ਲੱਗ ਗਏ। ਸ਼ਿੰਦਾ ਮਨ ਹੌਲਾ ਹੋ ਗਿਆ। ਕੱਲ ਨੂੰ ਸਵੇਰ ਦੀ ਪੋਸਟਮਾਰਟਮ ਦੀ ਕਹਾਣੀ ਫਿਰ ਸਾਹਮਣੇ ਖੜੀ ਸੀ। ਮਨ ਹੌਲਾ।